ਡਾਕੂਮੈਂਟਰੀਜ਼ ਦੀ ਗੱਲ ਕਰਦੇ ਆ ਤਾਂ ਸਟੂਡੀਓ 7 ਤੋਂ ਨਵਲਪ੍ਰੀਤ ਰੰਗੀ ਦਾ ਨਾਮ ਸਾਹਮਣੇ ਆ ਜਾਂਦਾ ਹੈ ਤੁਹਾਡਾ ਬੈਕਗ੍ਰਾਉਂਡ ਜਿਹੜਾ ਹੈ ਉਹ ਪ੍ਰੋਡਕਸ਼ਨ ਦੇ ਨਾਲ ਜੁੜਿਆ ਹੋਇਆ ਹੈ ਮੂਵੀਜ਼ ਦੇ ਨਾਲ ਜੁੜਿਆ ਹੋਇਆ ਸੋ ਤੁਸੀਂ ਵਕ ਵਕ ਦੇਸ਼ਾਂ ਦੀ ਯਾਤਰਾ ਵੀ ਕਰਦੇ ਆ ਡਾਕੂਮੈਂਟਰੀਜ਼ ਦੇ ਵੱਲ ਕਿਵੇਂ ਤੁਹਾਡਾ ਧਿਆਨ ਗਿਆ ਵੀ ਡਾਕੂਮੈਂਟਰੀਜ਼ ਜਿਹੜੀਆਂ ਇੰਪੋਰਟੈਂਟ ਹੋ ਸਕਦੀਆਂ ਸਮੇਂ ਦੇ ਬਦਲਣ ਦੇ ਨਾਲ ਬੁੱਕਸ ਜਿਹੜਾ ਪਾਉਂ ਹੈ ਟ੍ਰੈਂਡ ਦੇ ਵਿੱਚ ਤੁਸੀਂ ਦੇਖੋ ਵੀ ਬੁੱਕਸ ਅਸੀਂ ਪੜ੍ਹ ਨਹੀਂ ਰਹੇ ਪੋਡਕਾਸਟ ਨੇ ਉਹਨਾਂ ਵੱਲ ਅਸੀਂ ਹੋਏ ਨਹੀਂ ਤੋ ਇੱਕ ਡਾਕੂਮੈਂਟਰੀ ਹੀ ਮਾਦੀ ਮਾ ਜਿਹੜਾ ਅਗਲੀ ਯੂਤ ਨੂੰ ਪੁਰਾਣੀਆਂ ਚੀਜ਼ਾਂ ਦਿਖਾਉਣ ਦਾ ਜਿਹੜਾ ਮਾਦੀ ਭਾਈ ਰਣਜੀਤ ਸਿੰਘ ਉਹਨਾਂ ਦੇ ਸਮੇਂ ਦੇ ਵਿੱਚ ਉਹਨਾਂ ਦੇ ਆਪਣਾ ਜੇਲ੍ਹ ਚਿੱਠੀਆਂ ਵੇਲੇ ਭਗਤ ਸਿੰਘ ਉਹਨਾਂ ਨੂੰ ਮਿਲੇ ਨੇ ਉਹਨਾਂ ਨਾਲ ਉਹਨਾਂ ਦੀ ਬਹੁਤ ਲੰਬੀ ਮੁਲਾਕਾਤ ਹੈਗੀ ਆ ਤਿੰਨ ਕੀਰਤਨੀ ਹੋਣਗੇ ਚਾਰ ਕੀਤਨੀ ਹੋਣਗੇ 33 ਸਾਜਾਂ ਦੇ ਵਿੱਚ ਹੋਣਗੇ ਅਖੰਡ ਕੀਰਤਨੀ ਦਾ ਰੂਪ ਦੇ ਕੇ ਜਿਹੜਾ ਉਹਨਾਂ ਨੇ ਸ਼ੁਰੂਆਤ ਕੀਤੀ ਉਹ ਕਿਹਦਾ ਆਈਡੀਆ ਆ ਕੇ ਦਿਮਾਗ ਦੇ ਵਿੱਚ ਇਹ ਆਈਡੀਆ ਆਇਆ ਕਿ ਇਹ ਡਾਕੂਮੈਂਟਰੀ ਲੋਕਾਂ ਤੱਕ ਜਾਣੀ ਚਾਹੀਦੀ ਹੈ ਬਾਇਓਗ੍ਰਾਫੀ ਬਣਨੀ ਚਾਹੀਦੀ 1940 50 60 ਦੇ ਵਿੱਚ ਉਹ ਉਹ ਤੇ ਇੱਥੇ ਜਾ ਕੇ ਅਮਰੀਕਾ ਜਾ ਕੇ ਉਹ ਐਮਪੀ ਬਣਨੇ ਜੀ 191960 ਦੇ ਵਿੱਚ ਅੱਜ ਤੋਂ 50 ਸਾਲ ਪਹਿਲਾਂ ਬੰਦਾ ਕੋਈ ਐਮਪੀ ਬਣਿਆ ਉਹ ਵੀ ਦੇਖੋ ਏਡੀ ਬਡੀ ਗੱਲ ਆ ਕੋਈ ਸਾਨੂੰ ਪਤਾ ਲੱਗੇ ਅਸੀਂ ਉਹਨੂੰ ਆਪਣੇ ਹਿਸਾਬ ਦੇ ਨਾਲ ਇਹ ਵੀ ਹੋ ਸਕਦਾ ਹੈ ਕਿ ਸਾਡੀ ਵਿਚਾਰਤਾ ਰਾਉਂਡ ਕੁਝ ਹੋਰ ਸਮਝਣ ਦੀ ਕੋਸ਼ਿਸ਼ ਕਰਦੀ ਹੋਵੇ ਪਰ ਜਰਨਲਿਸਟ ਨੂੰ ਨਿਊਟਰਲ ਰਹਿ ਕੇ ਜਿਹੜਾ ਉਹ ਦੇਖਣਾ ਪੈਂਦਾ ਹੈ ਕਿ ਉਹ ਉਹ ਜਿਹੜਾ ਕੈਰੇਕਟਰ ਹੈਗਾ ਉਹ ਕੀ ਕਹਿਣ ਦੀ ਕੋਸ਼ਿਸ਼ ਕਰਦਾ ਹੋਣਾ ਸੈਨ ਫ੍ਰਾਂਸਕੋ ਦੇ ਪੋਟਾਂ ਤੇ ਦੇਖਿਆ ਇੱਥੇ ਦੇਖਿਆ ਪਾਲਦੀ ਦੇਖਿਆ ਇਸ ਲੋਵ ਇੰਡੀਆ ਦੇ ਵਿੱਚ ਕਿੱਥੋਂ-ਕਿਥੋਂ ਉੱਠਿਆ ਸੀ ਕਲਾਰਾਪੁਰ ਗੁੱਜਰਵਾਲ ਸੋ ਕੈਂਡ ਦੀ ਗੱਲ ਆ ਵੀ ਤੁਸੀਂ ਇੱਕਦਮ ਚੀਜ਼ ਨਹੀਂ ਲੈ ਕੇ ਆ ਸਕਦੇ ਤੁਸੀਂ ਦੇਖ ਰਹੇ ਹੋ ਸੰਜਾ ਟੀਵੀ ਮਹਾਪੁਰ ਦੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਖਾਸ ਮੁਲਾਕਾਤ ਦੇ ਵਿੱਚ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਖਾਸ ਗੱਲਬਾਤ ਹੋਣ ਵਾਲੀ ਹੈ ਜਦੋਂ ਅਸੀਂ ਸਿਨੇਮਾ ਦੀ ਗੱਲ ਕਰਦੇ ਹਾਂ ਸਿਨੇਮਾ ਅੱਜ ਕੱਲ ਉਚਾਈਆਂ ਤੇ ਪਹੁੰਚਿਆ ਹੋਇਆ ਹੈ ਤੇ ਕਈ ਲੋਕ ਅਜਿਹੇ ਨੇ ਜਿਹੜੇ ਜਿਹੜੇ ਸਿਨੇਮਾ ਦੇ ਥਰੂ ਇੱਕ ਕਈ ਚੀਜ਼ਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਜਿਦੇ ਵਿੱਚੋਂ ਡਾਕੂਮੈਂਟਰੀਜ਼ ਵੀ ਆਕ ਨੇ ਉਹ ਲੋਕ ਜਿਹੜੇ ਸਾਡੇ ਲਈ ਸਾਡੇ ਧਰਮ ਦੇ ਲਈ ਸੋਸਾਇਟੀ ਦੇ ਲਈ ਬਹੁਤ ਕੁਝ ਕਰਕੇ ਗਏ ਨੇ ਉਹਨਾਂ ਬਾਰੇ ਜਾਣਣਾ ਉਨ੍ਹਾਂ ਦੇ ਜੀਵਨ ਬਾਰੇ ਖੋਜ ਕਰਨਾ ਤੇ ਉਸ ਤੋਂ ਬਾਅਦ ਫਿਰ ਉਹਨੂੰ ਫਿਲਮ ਕਰਨਾ ਫਿਰ ਦੇਖਣਾ ਕਿ ਕਿਸ ਤਰ੍ਹਾਂ ਦੇ ਨਾਲ ਉਹਨਾਂ ਦਾ ਜੀਵਨ ਰਿਹਾ ਕੀ ਕੁਝ ਜਿਹੜਾ ਆਸਪੈਕਟ ਉਹ ਛੱਡ ਕੇ ਗਏ ਆ ਸਾਡੀ ਸੁਸਾਇਟੀ ਨੂੰ ਲੈ ਕੇ ਸਾਡੇ ਚਾਹੇ ਅਸੀਂ ਵਿਦੇਸ਼ਾਂ ਤੇ ਵਿੱਚ ਰਹਿੰਦੇ ਹੋਈਏ ਚਾਹੇ ਆਪਣੇ ਦੇਸ਼ ਤੇ ਵਿੱਚ ਰਹਿੰਦੇ ਹੋਈਏ ਡਾਕੂਮੈਂਟਰੀਜ਼ ਦੀ ਗੱਲ ਕਰਦੇ ਆ ਤਾਂ ਸਟੂਡੀਓ 7 ਤੋਂ ਨਵਲਪ੍ਰੀਤ ਰੰਗੀ ਦਾ ਨਾਮ ਸਾਹਮਣੇ ਆ ਜਾਂਦਾ ਜਿਹੜੇ ਕਿ ਅੱਜ ਕੱਲ ਡਾਕੂਮੈਂਟਰੀਜ਼ ਦੇ ਵਿੱਚ ਲੱਗੇ ਹੋਏ ਨੇ ਚਾਹੇ ਉਹ ਫਿਲਮ ਫੈਸਟੀਵਲ ਹੋਵੇ ਮਾਂ ਬੁੱਲੀ ਨੂੰ ਸਮਰਪਿਤ ਹੋਵੇ ਬਹੁਤ ਸਾਰੇ ਕਾਮੋਨਾਂ ਦੇ ਦੁਆਰਾ ਕੀਤੇ ਜਾ ਰਹੇ ਨੇ ਹੁਣ ਇੱਕ ਹੋਰ ਡਾਕੂਮੈਂਟਰੀ ਉਹ ਲੱਭ ਕੇ ਖੋਜ ਕੇ ਲੈ ਕੇ ਆਏ ਨੇ ਉਹਨਾਂ ਦਾ ਸਾਥ ਦਿੱਤਾ ਹੈ ਕੀ ਰੋਲ ਰਿਹਾ ਉਹਨਾਂ ਦਾ ਡਾਕੂਮੈਂਟਰੀ ਕੀ ਹੈ ਕੀ ਇਸ ਡਾਕੂਮੈਂਟਰੀ ਦੇ ਵਿੱਚ ਸਿੱਖਣ ਨੂੰ ਮਿਲੇਗਾ ਕਿੱਥੇ ਕਿੱਥੇ ਇਹ ਪ੍ਰਸਾਰਿਤ ਹੋ ਰਹੀ ਹੈ ਕਿਉਂਕਿ ਇਹ ਭਾਈ ਸਾਹਿਬ ਬਰਨਦੀਰ ਸਿੰਘ ਜੀ ਜਿਹੜੇ ਨੇ ਉਹਨਾਂ ਦੇ ਉਹਨਾਂ ਦੇ ਜੀਵਨ ਤੇ ਆਧਾਰਿਤ ਹੈਗੀ ਆ ਡਾਕੂਮੈਂਟਰੀ ਦੇ ਕਈ ਸਾਰੇ ਪਾਰਟ ਵੀ ਹੈਗੇ ਨੇ ਸੋ ਕੀ ਕਹਿੰਦੀ ਆ ਡਾਕੂਮੈਂਟਰੀ ਆਓ ਫਿਰ ਗੱਲਬਾਤ ਕਰਦੇ ਆ ਨਵਲਪ੍ਰੀਤ ਰੱਗੀ ਦੇ ਨਾਲ ਤੰਕਸਪ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਹਰਸ਼ ਤੁਹਾਡਾ ਤੇ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਅੱਛਾ ਮੈਨੂੰ ਪਤਾ ਤੁਸੀਂ ਹਮੇਸ਼ਾ ਕਿਸੇ ਨਾ ਕਿਸੇ ਕੰਮ ਦੇ ਵਿੱਚ ਬਿਜ਼ੀ ਰਹਿੰਦੇ ਆ ਡਾਕੂਮੈਂਟਰੀਜ਼ ਦੇ ਵੱਲ ਆਉਣਾ ਕਿਉਂਕਿ ਤੁਸੀਂ ਬੰਬਈ ਤੇ ਪੰਜਾਬ ਦੀ ਗੱਲ ਕਰ ਲਈਏ ਦਿੱਲੀ ਦੀ ਗੱਲ ਕਰ ਲਈਏ ਤੁਹਾਡਾ ਬੈਕਗ੍ਰਾਉਂਡ ਜਿਹੜਾ ਹੈ ਉਹ ਪ੍ਰੋਡਕਸ਼ਨ ਦੇ ਨਾਲ ਜੁੜਿਆ ਹੋਇਆ ਹੈ ਮੂਵੀਜ਼ ਦੇ ਨਾਲ ਜੁੜਿਆ ਹੋਇਆ ਸੋ ਤੁਸੀਂ ਵਕ ਵਕ ਦੇਸ਼ਾਂ ਦੀ ਯਾਤਰਾ ਵੀ ਕਰਦੇ ਆ ਡਾਕੂਮੈਂਟਰੀਜ਼ ਦੇ ਵੱਲ ਕਿਵੇਂ ਤੁਹਾਡਾ ਧਿਆਨ ਗਿਆ ਵੀ ਡਾਕੂਮੈਂਟਰੀਜ਼ ਜਿਹੜੀਆਂ ਇੰਪੋਰਟੈਂਟ ਹੋ ਸਕਦੀਆਂ ਇਹ ਡੈਕੋਰ ਡਾਕੂਮੈਂਟਰੀਜ਼ ਬੇਸਿਕਲੀ ਸਾਡੇ ਦਸਤਾਵੇਜ਼ ਨੇ ਸਮੇਂ ਦੇ ਬਦਲਣ ਦੇ ਨਾਲ ਬੁਕਸ ਜਿਹੜਾ ਉਹ ਇੱਕ ਟ੍ਰੈਂਡ ਦੇ ਵਿੱਚ ਤੁਸੀਂ ਦੇਖੋ ਵੀ ਬੁਕਸ ਅਸੀਂ ਪੜ ਨਹੀਂ ਰਹੇ ਪੋਡਕਾਸਟ ਨੇ ਉਹਨਾਂ ਵੱਲ ਅਸੀਂ ਹੋਏ ਨਹੀਂ ਸੋ ਇੱਕ ਡਾਕੂਮੈਂਟਰੀ ਹੀ ਮਾਧਿਮਾ ਜਿਹੜਾ ਅਗਲੇ ਯੂਥ ਨੂੰ ਪੁਰਾਣੀਆਂ ਚੀਜ਼ਾਂ ਦਿਖਾਉਣ ਦਾ ਜਿਹੜਾ ਮਾਧਿਮਾ ਇੰਟਰਵਿਊਜ਼ ਦੇ ਵਿੱਚ ਇੰਟਰਸਟ ਨਹੀਂ ਬੈਠ ਰਿਹਾ ਯੂਥ ਦਾ ਜੋ ਆ ਜ ਆਪ ਪੁੱਛ ਸਕਦੇ ਆ ਕਿਆਂ ਲੁਕਾਂ ਦਾ ਉਹਨਾਂ ਜੀ ਜੀ ਹੈ ਤਾਂ ਹੈ ਸੁਣਿਆ ਤਾਂ ਜਾ ਰਿਹਾ ਪਰ ਜਿਹੜੀ ਅਸਲੀਅਤ ਦੇ ਵਿੱਚ ਪੂਰੀ ਬਾਇਓਗ੍ਰਾਫੀ ਆ ਦਸਤਾਵੇਜ਼ ਆ ਉਹਦਾ ਸਾਰਾ ਜਿਹੜਾ ਸਮੀਕਰਨ ਆ ਉਹ ਡਾਕੂਮੈਂਟਰੀ ਦੇ ਵਿੱਚ ਹੈਗਾ ਉਹ ਇਹ ਆ ਵੀ ਤੁਸੀਂ ਕਿਸੇ ਸਫਲੀਤ ਦੀ ਹੋਵੇ ਕਿਸੇ ਘਟਨਾ ਦੀ ਹੋਵੇ ਜੀ ਤੇ ਇਸ ਤਰੀਕੇ ਨਾਲ ਭਾਈ ਭਾਈ ਰੰਤੀ ਸਿੰਘ ਉਹਨਾਂ ਤੇ ਅਸੀਂ ਡਾਕੂਮੈਂਟਰੀ ਕੀਤੀ ਆ ਸਾਨੂੰ ਕਾਫੀ ਮਹੀਨੇ ਲੱਗੇ ਤੁਸੀਂ ਯਕੀਨ ਕਰੋ 1900 ਆ 2014 15 ਤੇ ਲੱਗੇ ਹੋਏ ਸੀ ਤੇ ਹੁਣ ਮੁਕੰਮਲ ਹੋਈ ਹੈਗੀ ਦੇਖ ਲਓ ਕਿੰਨੇ 5 7 ਸਾਲਾਂ ਤੋਂ ਬਾਅਦ 5 7 ਹਾਂਜੀ ਹਾਂ ਸੋ ਪੂਰੀ ਮਤਲਬ ਕਿ ਅਖੰਡ ਕੀਤਨੀ ਜਤਾ ਹੈ ਇੰਗਲੈਂਡ ਦਾ ਯੂਰਪ ਤੱਕ ਲੱਗਿਆ ਹੋਇਆ ਸੀ ਆਸਟ੍ਰੇਲੀਆ ਤੋਂ ਲੱਗੇ ਹੋਏ ਸੀ ਤੇ ਤਕਰੀਬਨ 70 80 ਲੋਕੀ ਲੱਗੇ ਹੋਏ ਸੀ ਇਹਦੇ ਵਿੱਚ अच्छा ਜਦੋਂ ਗੁਰਦੁਆਰਾ ਸੁਧਾਰ ਘਰ ਦੀ ਗੱਲ ਆਉਂਦੀ ਹੈ ਕਿਉਂਕਿ ਜਦੋਂ ਉਹ ਮੂਵਮੈਂਟ ਚੱਲੀ 1800 ਦੇ ਵਿੱਚ ਇਹਨਾਂ ਦਾ ਜਨਮ ਹੁੰਦਾ ਤਾਂ 1900 ਦੇ ਨੇੜੇ ਤੇੜੇ ਉਹ ਮੂਵਮੈਂਟ ਚੱਲੀ ਕਿਉਂਕਿ ਬ੍ਰਿਟਿਸ਼ ਸਾਮਰਾਜ ਸੀ ਉਹ ਸਾਮਰਾਜ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਉਹ ਵਿਚਰਦੇ ਹੋਣਗੇ ਕਿਸ ਤਰ੍ਹਾਂ ਦੇ ਨਾਲ ਉਹ ਕੰਮ ਕਰਦੇ ਹੋਣਗੇ ਕਿਹੜੇ-ਕਿਹੜੇ ਨੇ ਉਹਨਾਂ ਦੇ ਨਾਲ ਵੀ ਰਹੇ ਹੋਣਗੇ ਕਿਉਂਕਿ ਵਿਸਾਖੀ ਵਾਲੇ ਦਿਨ ਉਹਨਾਂ ਦੀ ਮੌਤ ਹੋ ਜਾਂਦੀ ਆ ਉਹ ਇਸ ਦੁਨੀਆ ਨੂੰ ਛੱਡ ਕੇ ਚਲੇ ਜਾਂਦੇ ਨੇ ਤਾਂ ਉਦੋਂ ਤੱਕ ਕੋਈ ਅਜਈਆਂ ਸਖਸ਼ੀਅਤਾਂ ਵੀ ਮਿਲੀਆਂ ਜਿਹੜੀਆਂ ਜਿਨ੍ਹਾਂ ਨੇ ਉਹਨਾਂ ਦੇ ਨਾਲ ਵੀ ਸਮਾਂ ਬਿਤਾਇਆ ਬਿਲਕੁਲ ਜੀ ਭਾਈ ਰਣਜੀਤ ਸਿੰਘ ਉਹਨਾਂ ਦੇ ਸਮੇਂ ਦੇ ਵਿੱਚ ਉਹਨਾਂ ਨੇ ਆਪਣਾ ਜੇਲ੍ਹ ਚਿੱਠੀਆਂ ਵੀ ਭਗਤ ਸਿੰਘ ਨੂੰ ਮਿਲੇ ਨੇ ਉਹਨਾਂ ਨਾਲ ਉਹਨਾਂ ਦੀ ਬਹੁਤ ਲੰਬੀ ਮੁਲਾਕਾਤ ਹੈਗੀ ਆ ਸੋ ਇਸ ਤੋਂ ਇਲਾਵਾ ਜਿਹੜੇ ਆਰਟੀਕਲ ਨੇ ਜਾਂ ਲੇਖ ਲਿਖੇ ਹੋਏ ਨੇ ਉਸ ਸਮੇਂ ਦੇ ਵਿੱਚ ਉਹ ਬਾਖਮਾਲ ਨੇ ਰੋਹਾਨੀਅਤ ਜਿਹਨੂੰ ਕਹਿੰਦੇ ਆ ਔਰ ਅਖੰਡ ਕੀਰਤਨੀ ਜਥੇ ਦੀ ਉਹਨਾਂ ਨੇ ਸ਼ੁਰੂਆਤ ਕੀਤੀ ਹੈਗੀ ਆ ਉਸ ਤੋਂ ਪਹਿਲਾਂ ਤੰਤੀ ਰਾਂਗਾਂ ਦੇ ਵਿੱਚ ਨਹੀਂ ਸੀ ਆਮ ਤੌਰ ਤੇ ਪਹਿਲਾਂ ਕਿਸ ਤਰੀਕੇ ਦਾ ਕਵਿਤ ਸੀ ਕ੍ਰੀਸਰ ਸੀ ਜਾਂ ਰਾਗੀ ਠਾਡੀ ਸੀ ਜਿਹੜੇ ਰਾਗਾਂ ਦੇ ਵਿੱਚ ਕੀਰਤਨ ਗਾਉਣਾ ਤਿੰਨ ਕੀਰਤਨੀ ਹੋਣਗੇ ਚਾਰ ਕੀਤਨੀ ਹੋਣਗੇ 33 ਸਾਜ਼ਾਂ ਦੇ ਵਿੱਚ ਹੋਣਗੇ ਅਖੰਡ ਕੀਰਤਨੀ ਦਾ ਰੂਪ ਦੇ ਕੇ ਜਿਹੜਾ ਉਹਨਾਂ ਨੇ ਸ਼ੁਰੂਆਤ ਕੀਤੀ ਹੈ ਹੁਣ ਤਾਂ ਹਜ਼ਾਰਾਂ ਹੀ ਵਰਲਡਵਾਈਡ ਜਥੇ ਨੇ ਪਰ ਸ਼ੁਰੂਆਤ ਭਾਈ ਸਾਪਾਏ 29 ਤੋਂ ਉਹਨਾਂ ਨੇ ਸ਼ੁਰੂਆਤ ਕੀਤੀ ਹੈਗੀ ਸੋ ਉਹਨਾਂ ਨੇ ਜਿਵੇਂ ਭਗਤ ਪੂਰਨ ਸਿੰਘ ਉਹਨਾਂ ਦਾ ਆਪਣਾ ਵੱਖਰਾ ਜੀਵਨ ਰਿਹਾ ਗਿਆ ਇਸ ਤਰੀਕੇ ਨਾਲ ਇੱਥੇ ਕੈਨੇਡਾ ਦੇ ਵਿੱਚ ਵੀ ਗਦਰ ਲਹਿਰ ਮੈਨੇ ਜੀ ਗੁਰੂ ਗੁਰਦੁਆਰਾ ਸਾਹਿਬ ਬਣਾਉਣ ਦੀ ਗੱਲ ਹੈਗੀ ਆ ਸੰਤ ਤੇਜਾ ਸਿੰਘ ਹੋਈ ਨੇ ਗਦਰ ਲਹਿਰ ਵੇਲੇ ਉਹ ਬਹੁਤ ਸਾਰੇ ਲੋਕਾਂ ਵੀ ਸਖਸ਼ੀਤਾ ਨੇ ਯੋਗਦਾਨ ਦਿੱਤਾ ਪਰ ਭਾਈ ਸਾਹਿਬ ਉਹਨਾਂ ਨੇ ਬੁੱਕਸ ਵੀ ਲਿਖੀਆਂ ਅਧਿਆਤਮਕ ਤੌਰ ਤੇ ਲੋਕਾਂ ਦੇ ਵਿੱਚ ਵੀ ਗਏ ਪਰ ਇੱਕ ਬਹੁਤ ਵੱਡੀ ਜਿਹੜੀ ਜਿਹੜਾ ਯੋਗਦਾਨ ਦਿੱਤਾ ਉਹ ਇਹ ਸੀ ਅਖੰਡ ਕੀਰਤਨੀ ਜਥੇ ਦਾ ਹੁਣ ਮਤਲਬ ਕਿ ਅਸੀਂ ਜਿਹੜੀ ਬਾਇਓਗ੍ਰਾਫੀ ਬਣਾਈ ਹੈ ਕੀ ਆ ਉਹ ਇਹੀ ਹੈਗਾ ਵੀ ਉਹਨਾਂ ਨੇ ਡੇਰਾਵਾਦ ਨਹੀਂ ਸਪਿiritual ਤੌਰ ਤੇ ਜਿਹੜੇ ਤੰਤੀ ਰਾਗ ਸੀ ਉਹਨਾਂ ਨੂੰ ਅੱਗੇ ਕਰਕੇ ਕੀਰਤਨੀ ਇੱਥੇ ਨੂੰ ਹੋਇਆ ਤਾਂ ਕਿ ਲੋਕਾਂ ਨੂੰ ਸੰਪੂਰਨ ਤੌਰ ਤੇ ਉਹਦਾ ਮੰਨਣ ਕਿਉਂਕਿ ਪਹਿਲਾਂ ਜਿਹੜੀ ਢਾਡੀ ਕ ਸੀ ਕਿਸੇ ਕਹਾਣੀਆਂ ਸੁਣਾਇਆ ਕਰਦੇ ਸੀ 12 ਸੁਣਾਇਆ ਕਰਦੇ ਸੀ ਕਵਿਤ ਹੁੰਦੇ ਸੀ ਬਾਬੂ ਰਜ਼ੂ ਵਲੀ ਦੀਆਂ ਉਹ ਚੀਜ਼ਾਂ ਉਹਦੇ ਉਸੇ ਮੀਡੀਅਮ ਨੂੰ ਵੱਖਰਾ ਰੂਪ ਦੇ ਕੇ ਗੁਰਮਾਣੀ ਦੇ ਰਾਹੀਂ ਜਾਂ ਆਪਾਂ ਕਹਿ ਦੋ ਤੰਤੀ ਸਾਜਾਂ ਦੇ ਰਾਹੀਂ ਲੋਕਾਂ ਨੂੰ ਜੜਾ ਹੈਗਾ ਰੋਹਾਨੀਅਤ ਨਾਲ ਜੁੜਿਆ ਜੀ ਸੋ ਇਹ ਜਿੱਦਾਂ ਡਾਕਟਰ ਬਹੁਤੇ ਲੋਕਾਂ ਨੂੰ ਪਤਾ ਨਹੀਂ ਹੋਣਾ ਕਿ ਭਾਈ ਰਣਦੀਪ ਸਿੰਘ ਕੌਣ ਸੀਗੇ ਕੀ ਉਹਨਾਂ ਦਾ ਕੀ ਭਵਿਕ ਸੀਗਾ ਕੀ ਉਹਨਾਂ ਦਾ ਜਿਹੜਾ ਹੈਗਾ ਪਾਸ ਸੀਗਾ ਕੀ ਯੋਗਦਾਨ ਸੀਗਾ ਕੀ ਉਹਨਾਂ ਨੇ ਆਪਣਾ ਕੀ ਕੀਤਾ ਜਿਵੇਂ ਤੁਸੀਂ ਕਿਹਾ ਡਿਟੇਲਸ ਵੀ ਸਮਾਂ ਬਤਾਇਆ ਕੀ ਹਾਲਾਤ ਹੋਣਗੇ ਉਸ ਟਾਈਮ ਦੇ ਉੱਤੇ ਕੀ ਉਹ ਸੋਚ ਰੱਖਦੇ ਹੋਣਗੇ ਕਿਹਦਾ ਆਈਡੀਆ ਕਿਹਦੇ ਦਿਮਾਗ ਦੇ ਵਿੱਚ ਇਹ ਆਈਡੀਆ ਆਇਆ ਕਿ ਇਹ ਡਾਕੂਮੈਂਟਰੀ ਲੋਕਾਂ ਤੱਕ ਜਾਣੀ ਚਾਹੀਦੀ ਹੈ ਬਾਇਓਗ੍ਰਾਫੀ ਬਣਨੀ ਚਾਹੀਦੀ ਦੇਖੋ ਰਣਦੀਪ ਸਿੰਘ ਉਹਨਾਂ ਦੀ ਫੈਮਿਲੀ ਦੇ ਵਿੱਚ ਨਾ 4 ਜਨਰੇਸ਼ਨਾਂ ਭਾਈ ਸਾਹਿਬ ਭਾਈ ਜੁਹਾਰ ਸਿੰਘ ਹੋਣੀ ਨੇ ਇੰਗਲੈਂਡ ਦੇ ਵਿੱਚ ਬੈਂਕਰ ਨੇ ਬਹੁਤ ਵਧੀਆ ਸ਼ਖਸੀਅਤ ਆ ਉਹ ਆਏ ਹੋਏ ਨੇ ਅੱਜ ਕੱਲੇ ਇੱਥੇ ਉਹਨਾਂ ਨੇ ਹੀ ਫੰਡਿੰਗ ਕੀਤੀ ਤੇ ਉਹਨਾਂ ਨੇ ਹੀ ਉਹਨਾਂ ਦੇ ਪਰਦੋਤਾ ਨੇ ਭਾਈ ਸਾਹਿਬ ਭਾਈ ਰੰਤੀ ਸਿੰਘ ਉਹਨਾਂ ਦੇ ਜੀ ਹਾਂ ਜੀ ਤੇ ਲੰਡਨ ਤੋਂ ਉਹ ਉਹਨਾਂ ਨੇ ਹੀ ਫੰਡਿੰਗ ਕੀਤੀ ਫਿਰ ਸੰਗਤ ਟੀਵੀ ਦਾ ਉਹਨਾਂ ਨੇ ਸਾਰੇ ਜਿਹੜੀ ਟੀਮ ਦੇ ਕਰੂ ਦੇ ਨਾਲ ਯੂਰਪ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਇੰਡੀਆ ਸਾਰਾ ਮੈਂ ਦੇਖਿਆ ਹੂੰ ਹੂੰ ਕੈਮਰੇ ਤੋਂ ਲੈ ਕੇ ਰਿਸਰਚ ਟੀਮ ਦੇ ਨਾਲ ਸਾਰਾ ਕੁਝ ਇਹ ਆ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹਦੇ ਵਿੱਚ ਦੇਖੋ ਰੂਹ ਦਾ ਸਕੂਨ ਇਹ ਡਾਕੂਮੈਂਟਰੀ ਭਾਈ ਮੈਂ ਸੋਭਾ ਸਿੰਘ ਦੀ ਡਾਕੂਮੈਂਟਰੀ ਬਣਾਈ ਆ ਯੂਨੈਸਕੋ ਲਈ ਕਾਫੀ ਡਾਕੂਮੈਂਟਰੀ ਕੀਤੀਆਂ ਗਈਆਂ ਨੇ ਤੁਸੀਂ ਦੇਖੋ ਜਿਹੜੇ ਲੋਕੀ ਯੂਰਪ ਦੇ ਵਿੱਚ ਕਪੂਤਲਾ ਖਾਨਦਾਨ ਦੀ ਜਿਹੜੇ 7ਵੀਂ 8ਵੀਂ ਪੀੜ੍ਹੀ ਆ ਉਹ ਉੱਥੇ ਰਹਿ ਰਹੇ ਨੇ ਮਹਾਰਾਜਾ ਕਪੂਤਲਾ ਜਿਹੜੀ ਫੈਮਿਲੀ ਹੈਗੀ ਆ ਉਹ ਗੋਰੇ ਬਣ ਚੁੱਕੇ ਨੇ ਤੋ ਉਹਨਾਂ ਦੀ ਜਿਹੜੀ ਜਨਰੇਸ਼ਨ ਵਾਪਸ ਆਈ ਉਹਨਾਂ ਦੀ ਡਾਕੂਮੈਂਟਰੀ ਕਰਵਾਈਆਂ ਇਦਾਂ ਹੀ ਬਹੁਤ ਸਾਰੇ ਲੋਕੀ ਨੇ ਜਿਹੜੇ ਹੁਣ ਬੈਠੇ ਨੇ ਜਿਨ੍ਹਾਂ ਦੀਆਂ ਪੀੜ੍hiyan ਜਾ ਨਹੀਂ ਸਕੀਆਂ ਜਿਵੇਂ ਦਲੀਪ ਸਿੰਘ ਸੌਨ ਦੀ ਫੈਮਿਲੀ ਹੈਗੀ ਆ ਕਿਸੇ ਨੂੰ ਨਹੀਂ ਪਤਾ 1940 50 60 ਦੇ ਵਿੱਚ ਉਹ ਉਹ ਤੇ ਇੱਥੇ ਜਾ ਕੇ ਅਮਰੀਕਾ ਜਾ ਕੇ ਉਹ ਐਮਪੀ ਬਣਨੇ ਨੇ ਜੀ 191960ਵਿਆਂ ਦੇ ਵਿੱਚ ਅੱਜ ਤੋਂ 50 ਸਾਲ ਪਹਿਲਾਂ ਬੰਦਾ ਕੋਈ ਐਮਪੀ ਬਣਿਆ ਹੋਵੇ ਦੇਖੋ ੜਿਪੜੀ ਗੱਲ ਆ ਸੋ ਉਹਨਾਂ ਦੀ ਹੁਣ ਫੈਮਿਲੀ ਬਿਲਕੁਲ ਗੋਰੇ ਬਣ ਗਏ ਇਸ ਤਰੀਕੇ ਨਾਲ ਪਾਲ ਦੀ ਪਿੰਡ ਆਈ ਦੀ ਡਾਕੂਮੈਂਟਰੀ ਹੈਗੀ ਆ ਇੱਥੋਂ ਦੇ ਸਟੂਡੈਂਟਸ ਦੀ ਹੈਗੀ ਆ ਸੋ ਇੱਕ ਰਿਸਰਚ ਵਾਲਾ ਜਿਹੜਾ ਹੈਗਾ ਵਿਸ਼ਾ ਹੈਗਾ ਸਾਰੇ ਦੀ ਇੰਟਰਵਿਊਜ਼ ਉਹਨੂੰ ਕੋਖਣ ਦੀ ਲੋੜ ਹੈਗੀ ਆ ਹਾਲਾਂਕਿ ਦੇਖੋ ਮੈਂ ਭਗਤ ਸਿੰਘ ਤੇ ਵੀ ਡਾਕੂਮੈਂਟਰੀ ਕੀਤੀ ਆ ਉਹਨਾਂ ਦੀ ਵਿਚਾਰਧਾਰਾ ਵੱਖਰੀ ਹੈਗੀ ਆ ਹੁਣ ਭਾਈ ਸਾਹਿਬ ਰਣਜੀਤ ਸਿੰਘ ਉਹਨਾਂ ਦੀ ਵਿਚਾਰਧਾਰਾ ਵੱਖਰੀ ਹੈ ਐਜ਼ ਅ ਜਰਨਲਿਸਟ ਤੁਸੀਂ ਆਪਣੇ ਆਪ ਨੂੰ ਕਿਸੇ ਵਿਚਾਰਧਾਰਾ ਦੇ ਅਧੀਨ ਹੋ ਕੇ ਜਾਂ ਉਹਦੀ ਸ਼ਾਫਿਰਤੇ ਆਪਾਂ ਨੂੰ ਦਮਾਉਣ ਤੋਂ ਵਿਚਾਰਾਂ ਨੂੰ ਉਠਾ ਕੇ ਹਰ ਇਨਸਾਨ ਦੀ ਸ਼ਕਤੀ ਵੱਲ ਦੇਖ ਕੇ ਉਸ ਨੂੰ ਉਭਾਰਨ ਦੀ ਲੋੜ ਆ ਜੀ ਤਾਂ ਕਿ ਹੋ ਸਕਦਾ ਵੀ ਤੁਹਾਡੇ ਵਿਚਾਰਤਾਰਾਂ ਤੋਂ ਉੱਪਰ ਉਸ ਇਨਸਾਨ ਦੀ ਕੀਤੀ ਹੋਈ ਕੰਮਾਂ ਦਾ ਜਿਹੜਾ ਨਜ਼ਰੀਆ ਹੈਗਾ ਉਹ ਦੁੱਖ ਦਾ ਇਨਫਲੂਐਂਸ ਤਾਂ ਨਵਲਪ੍ਰਿਤ ਹੁੰਦਾ ਆ ਜਿਵੇਂ ਅਸੀਂ ਕਈ ਵਾਰੀ ਇਹ ਵੀ ਹੋ ਸਕਦਾ ਹੈ ਕਿ ਕੋਈ ਸਾਨੂੰ ਪਤਾ ਲੱਗੇ ਅਸੀਂ ਉਹਨੂੰ ਆਪਣੇ ਹਿਸਾਬ ਦੇ ਨਾਲ ਇਹ ਵੀ ਹੋ ਸਕਦਾ ਹੈ ਕਿ ਸਾਡੀ ਵਿਚਾਰਤਾ ਰਾ ਉਹਨੂੰ ਕੁਝ ਹੋਰ ਸਮਝਣ ਦੀ ਕੋਸ਼ਿਸ਼ ਕਰਦੀ ਹੋਵੇ ਪਰ ਜਰਨਲਿਸਟ ਨੂੰ ਨਿਊਟਰਲ ਰਹਿ ਕੇ ਜਿਹੜਾ ਉਹ ਦੇਖਣਾ ਪੈਂਦਾ ਹੈ ਕਿ ਉਹ ਉਹ ਜਿਹੜਾ ਕੈਰੇਕਟਰ ਹੈਗਾ ਉਹ ਕੀ ਕਹਿਣ ਦੀ ਕੋਸ਼ਿਸ਼ ਕਰਦਾ ਹੋਣਾ ਜਾਂ ਜਿਹੜੇ ਉਹਦੇ ਨਾਲ ਜਿਨ੍ਹਾਂ ਨੇ ਸਮਾਂ ਬਤਾਇਆ ਹੈ ਜਾਂ ਜਿਨ੍ਹਾਂ ਨੇ ਨਹੀਂ ਬਤਾਇਆ ਪਰ ਉਹਨਾਂ ਦੇ ਬਾਰੇ ਜਾਣਦੇ ਆ ਉਹ ਚੀਜ਼ਾਂ ਕਿੰਨੀਆਂ ਔਖੀਆਂ ਵੀ ਹੋ ਜਾਂਦੀਆਂ ਨੇ ਕਈਆਂ ਕਰਨੀਆਂ ਕਿਉਂਕਿ ਜਦੋਂ ਕਿਸੇ ਦੀ ਡਾਕੂਮੈਂਟਰੀ ਬਣਾਉਣੀ ਹੋਵੇ ਤੇ ਜਿਹੜਾ ਲੋਕਾਂ ਦੇ ਵਿੱਚ ਵਿਚਰਿਆ ਹੋਵੇ ਬਹੁਤ ਨਿੱਕੀ-ਨਿੱਕੀ ਚੀਜ਼ ਦਾ ਵੀ ਧਿਆਨ ਰੱਖਣਾ ਪੈਂਦਾ ਕਹਿੰਦੇ ਉਹਨਾਂ ਫੂਕ-ਫੂਕ ਕੇ ਕਦਮ ਰੱਖਣੇ ਚਾਹੁੰਦੇ ਕਿਉਂਕਿ ਪਤਾ ਹੀ ਨਹੀਂ ਕਦੋਂ ਕੋਈ ਵਿਰੋਧੀ ਆ ਜਾਵੇ ਵੀ ਨਹੀਂ ਇਦਾਂ ਦੀ ਸਖੀਅਤ ਤਾਂ ਹੈ ਹੀ ਨਹੀਂ ਸੀ ਤੁਹਾਨੂੰ ਕਿਹਨੇ ਕਹਿ ਦਿੱਤਾ ਸੋ ਇਹ ਚੀਜ਼ਾਂ ਤੁਹਾਨੂੰ ਫੇਸ ਕਰਨੀਆਂ ਪਈਆਂ ਬਿਲਕੁਲ ਨਹੀਂ ਦੇਖੋ ਐਕਚੁਅਲੀ ਕੀ ਹੈ ਨਾ ਜਦੋਂ ਵੀ ਅਸੀਂ ਕਿਸੇ ਚੀਜ਼ ਦੇ ਵਿੱਚ ਦੇਖੋ ਪੋਜ਼ਿਟਿਵ ਤੇ ਨੈਗੇਟਿਵ ਪੱਖ ਹਰ ਚੀਜ਼ ਦੇ ਹੋਣਗੇ ਹੋਗੇ ਪਰ ਤੁਹਾਡੇ ਕੋਲੇ ਇੱਕ ਰਿਸਰਚ ਟੀਮ ਪੂਰੇ ਵੱਡੇ ਲੈਵਲ ਤੇ ਜਦੋਂ ਹੋਵੇਗੀ ਤੁਹਾਡਾ ਇਹ ਆ ਵੀ ਜਿਹੜੇ ਪੁਰਾਣੇ ਲੋਕੀ ਨੇ ਭਾਈ ਸਾਹਿਬ ਦੇ ਨਾਲ ਜੁੜੇ ਹੋਏ ਲੋਕੀ ਨੇ ਉਹਨਾਂ ਦੇ ਦਸਤਾਵੇਜ਼ ਇਕੱਠੇ ਕਰਕੇ ਸੰਪੂਰਨ ਤੌਰ ਤੇ ਤਿੰਨ ਚੈਪਟਰ ਦੀ ਸਭ ਤੋਂ ਵੱਡੀ ਡਾਕੂਮੈਂਟਰੀ ਹੈ। ਹੂੰ ਪੌਣੇ 2 ਘੰਟੇ ਦੀ ਡਾਕੂਮੈਂਟਰੀ ਹੈ। ਹੂੰ ਤੁਹਾਨੂੰ ਦੇਖੋ ਇੰਨਾ ਟਾਈਮ ਲੱਗ ਗਿਆ ਅਜੇ ਅਸੀਂ ਚੈਪਟਰ 2 ਕੰਪਲੀਟ ਕੀਤੇ ਨੇ। अच्छा अजय पूरी कंप्लीट पूरी नहीं ਕੀਤੀ ਹੈਗੀ ਚੈਪਟਰ ਬੇਸਿਕਲੀ ਕੰਪਲੀਟ ਤਾਂ ਹੋ ਗਈ ਹੈਗੀ ਆ ਪਰ ਉਹਦੇ ਵਿੱਚ ਸਾਡੇ ਕੋਲ ਜਿਹੜੀ ਰਿਕਾਰਡਿੰਗ ਕੀਤੀ ਹੈ 5 6 ਘੰਟੇ ਰਿਕਾਰਡਿੰਗ ਕੀਤੀ ਹੋਈਆਂ ਨੇ اچھا ਤਾਂ ਇਹ ਪਰ ਇਹਨੂੰ ਤੁਸੀਂ ਡਿਵਾਈਡ ਕਰਦੇ ਡਿਵਾਈਡ ਕਰਦੇ ਆ ਘਟੋ ਘਟ 150 ਤੋਂ ਲੈ ਕੇ 400 ਤਕਰੀਬਨ ਇੰਟਰਵਿਊਜ਼ ਕਰ ਚੁੱਕੇ ਆ ਅਸੀਂ वर्ल्ड वाइड 400 ਇੰਟਰਵਿਊਜ਼ ਦੇਖੋ ਕਿਉਂਕਿ ਉਹਨਾਂ ਦੇ ਨਾਲ ਬਹੁਤ ਸਾਰਾ ਲੋਕੀ ਜੁੜੇ ਰਹੇ ਨੇ ਸੋ ਇਸ ਤਰੀਕੇ ਦੇ ਨਾਲ ਜੇ ਆਪਾਂ ਹੁਣ ਕਦਰ ਲਹਿਰ ਦੀ ਗੱਲ ਕਰੀਏ ਮੈਂ ਉਹ ਡਾਕੂਮੈਂਟਰੀ ਕਰ ਰਿਹਾ ਮੈਨੂੰ 5 ਸਾਲ ਹੋ ਗਏ ਚਾਰ ਚੈਪਟਰਾਂ ਦੇ ਵਿੱਚ ਆ ਮੈਂ ਖੁਦ ਜਾ ਕੇ ਪਰਕਲੇ ਤੋਂ ਲੈ ਕੇ ਅਮਰੀਕਾ ਦੇ ਅਲਗ-ਅਲਗ ਜਗ੍ਹਾ ਤੇ ਗਿਆ ਮੈਸੋਪੋਟਾਮੀਆ ਸੌਰੀ ਆਪਣੇ ਜਿਹੜਾ ਸੈਨ ਫਰਾਂਸਕੋ ਦੇ ਪੋਰਟਾਂ ਤੇ ਦੇਖਿਆ ਇੱਥੇ ਦੇਖਿਆ ਪਾਲਦੀ ਦੇਖਿਆ ਇਸ ਤਰ੍ਹਾਂ ਬੰਡਾ ਇੰਡੀਆ ਦੇ ਵਿੱਚ ਕਿੱਥੋ-ਕਿਥੋਂ ਉੱਠਿਆ ਸੀ ਕਿਲਾ ਰੈਪੁਰ ਗੁੱਜਰਵਾਲ ਸੋ ਕੈਂਡ ਦੀ ਗੱਲ ਆ ਵੀ ਤੁਸੀਂ ਇੱਕਦਮ ਚੀਜ਼ ਨਹੀਂ ਲੈ ਕੇ ਆ ਸਕਦੇ ਕਿਉਂਕਿ ਦਸਤਾਵੇਜ਼ ਕਿਸੇ ਪਾਸੋਂ ਰਹਿ ਨਾ ਜਾਏ ਇਸ ਕਰਕੇ ਸਾਨੂੰ ਇਹ ਆ ਵੀ ਪੂਰੇ ਸੰਪੂਰਨ ਤੌਰ ਤੇ ਰਿਸਰਚ ਕਰਨ ਦੀ ਲੋੜ ਆ ਜਿਵੇਂ ਹੁਣ ਸਿੱਖਰੀ ਵਾਲੇ ਕਰ ਰਹੇ ਹੈਗੇ ਨੇ ਬਹੁਤ ਸਾਰੇ ਨੇ ਜਿਵੇਂ ਇੱਕ ਡਾਕੂਮੈਂਟਰੀ ਮੈਂ ਕਵੀਲ ਸਿਗਲੀਗਰਾਂ ਦੇ ਕਬੀਲਿਆਂ ਤੇ ਕੀਤੀ ਸੀ ਤੇ ਤੁਸੀਂ ਯਕੀਨ ਕਰੋ ਵੀ ਮੈਂ ਇਨਾ ਕ੍ਰੇਜ਼ੀ ਮੈਂ ਟੈਂਟ ਲਾ ਕੇ ਉਹਨਾਂ ਨਾਲ ਰਹਿਣ ਲੱਗ ਗਿਆ ਸੀ ਹਾਂ ਮੈਂ 3 ਦਿਨ ਬਤਾ ਕੇ ਹੈ 2 ਦਿਨ ਉਹਨਾਂ ਦੇ ਵਿੱਚ ਕੀ ਦੇਖੋ ਤੁਸੀਂ ਫਿਲਮ ਕਰਨੀ ਹੈ ਇੱਕ ਸਟਾਰਿਜ਼ਮਸ ਕਰੋਗੇ ਜਰੋਂ ਤੁਸੀਂ ਜਿਸ ਉਹ ਜੀਵਨ ਸ਼ੈਲੀ ਜਿ ਰਹਿ ਰਹੇ ਨੇ ਜੋ ਖਾਪੀ ਰਹੇ ਨੇ ਉਹਨਾਂ ਦਾ ਉਸ ਤਿੱਕ ਨੇ ਹੁਣ ਪੰਜਾਬ ਦੇ ਬਹੁਤ ਸਾਰੇ ਕਬੀਲੇ ਨੇ ਜਿਵੇਂ ਬੱਦੂ ਮਾਰਕ ਵੀ ਲੈਗਾ ਉਹਨੂੰ ਪਤਾ ਨਹੀਂਗਾ ਉਹ ਚਲੇ ਗਏ ਨੇ ਵਾਪਸ ਰਾਜਸਥਾਨ ਵਾਲੀ ਸਾਈਡ ਤੇ ਇੱਧਰ ਗੱਡੀ ਮਾਰ ਰਹੇ ਨੇ ਸੋ ਬਹੁਤ ਚੀਜ਼ਾਂ ਨੇ ਹੁਣ ਆਪਾਂ ਇਥੋਂ ਦੀ ਇੱਕ ਐਸ਼ਪ੍ਰੈਸ ਦੀ ਜਾਂ ਐਸ਼ੋ ਰਾਮ ਦੀ ਜ਼ਿੰਦਗੀ ਆਪਾਂ ਵਧੀਆ ਜੇ ਸ ਕੈਪਟਲਿਜ਼ਮ ਜ਼ਿੰਦਗੀ ਦੇ ਵਿੱਚ ਆ ਇਸ ਜ਼ਿੰਦਗੀ ਦੇ ਵਿੱਚ ਉਨੀ ਗੁਰਬਤ ਨਹੀਂ ਹੈਗੀ ਜਿਹੜਾ ਉਹ ਸਮਾਜ ਹੰਡਾ ਰਿਹਾ ਸੋ ਇਹ ਜਿਹੜੀ ਡਾਕੂਮੈਂਟਰੀ ਹੈਗੀ 27 ਅਗਸਤ ਨੂੰ ਯਾਨੀ ਕੱਲ ਨੂੰ ਦੋ ਜਗ੍ਹਾ ਤੇ ਸਕ੍ਰੀਨ ਹੋ ਰਹੀ ਹੈ ਜੀ ਬਿਲਕੁਲ ਜੀ ਸੋ ਪਹਿਲਾ ਚੈਪਟਰ ਹੋ ਰਿਹਾ ਹੈ ਹਾਂ ਜੀ ਪਹਿਲਾਂ 45 ਮਿੰਟ ਦੀ ਸੋ 25 ਮਿੰਟ ਦਾ ਇੱਕ ਚੈਪਟਰ ਹੈਗਾ ਸੋ ਇਹ 45 45 ਮਿੰਟ ਦੀ 45 ਮਿੰਟ ਦਾ ਸੋ 45 ਮਿੰਟ ਦੇ ਵਿੱਚ ਇੱਕ ਚੈਪਟਰ ਸਾਨੂੰ ਇੱਕ ਜਿਹੜਾ ਹੈ ਉਹ ਪਾਰਟ ਦੇਖਣ ਨੂੰ ਮਿਲੂਗਾ ਲਾਈਫ ਦਾ ਇੱਕ ਪਾਰਟ ਦੇਖਣ ਨੂੰ ਮਿਲੂਗਾ ਸੋ ਕਿੱਥੇ ਕਿੱਥੇ ਦਿਖਾਈ ਜਾ ਰਹੀ ਹੈ ਇਹ ਇਹ ਨਿਊਟਨ ਸਕੂਲ ਦੇ ਵਿੱਚ ਦਿਖਾਈ ਜਾ ਰਹੀ ਹੈ ਖਾਲਸਾ ਸਕੂਲ ਜਿਹੜਾ 70 ਤੇ 124 ਦੇ ਉੱਤੇ ਹੈਗਾ 7:30 ਵਜੇ 8:30 ਵਜੇ ਦਿਖਾ ਰਹੇ ਹਾਂ ਦਸ਼ਮੀ ਇਸਤਵਾਰ ਗੁਰਮਤ ਗੈਡਵੇ ਦੇ ਵਿੱਚ ਤੇ ਐਂਟਰੀ ਬਿਲਕੁਲ ਫਰੀ ਹੈ ਤੇ ਮੈਂ ਵੀ ਦਰਸ਼ਕਾਂ ਨੂੰ ਉਪੀਦ ਕਰਾਂਗਾ ਪਲੀਜ਼ ਆਓ ਤੇ ਬੱਚਿਆਂ ਨੂੰ ਲੈ ਕੇ ਆਓ ਔਰ ਬੜੀ ਕਮਾਲ ਦੀ ਡਾਕੂਮੈਂਟਰੀ ਹੈ ਜੀ ਤੇ ਬਸ ਇਹੀ ਚੱਲ ਅੱਛਾ ਤੁਸੀਂ ਕਿਹਾ ਕਿ ਇਹ ਫਰੀ ਐਂਟਰੀ ਹੈਗੀ ਹੈ ਕੀ ਕਾਰਨ ਨੇ ਕਿ ਇਹਨੂੰ ਕਿਉਂਕਿ ਜਦੋਂ ਕੋਈ ਡਾਕੂਮੈਂਟਰੀ ਬਣਾ ਲੈਂਦਾ ਬਾਇਓਗ੍ਰਾਫੀ ਬਣਾ ਲੈਂਦਾ ਫਿਰ ਉਹ ਕਹਿੰਦੇ ਕਿ ਨਹੀਂ ਸਿਨੇਮਾ ਚਾਵੇ ਜਾਂ ਕਿਸੇ ਅਜਿਹੇ ਅੱਜ ਕੱਲ ਤਾਂ ਬਹੁਤ ਸਾਰੇ ਪਲੇਟਫਾਰਮ ਆ ਗਏ ਨੇ ਕਿ ਉੱਥੇ ਰਿਲੀਜ਼ ਕੀਤੀ ਜਾਵੇ ਫ੍ਰੀ ਹੀ ਕਿਉਂ ਨਹੀਂ ਦੇਖੋ ਇਹ ਐਮਾਜ਼ਨ ਪ੍ਰਾਈਮ ਦੇ ਵੱਲੋਂ ਨਾ ਇੱਕ ਐਮਾਜ਼ਨ ਪ੍ਰਾਈਮ ਟੀਵੀ ਕੱਢਿਆ ਜਾ ਰਿਹਾ ਉਹਦੇ ਤੇ ਅੱਗੇ ਇਹ ਅਪਲੋਡ ਕਰਨ ਦਾ ਇਰਾਦਾ ਹੈਗਾ ਜੀ ਤੇ ਬਾਕੀ ਇਹ ਵੀ ਜਿਹੜਾ ਅਖੰਡ ਕੀਤਨੀ ਜਿੱਥੇ ਨਹੀਂ ਜਿੱਨੇ ਉਹ ਯੂਰਪ ਦੇ ਵਿੱਚ ਹੈ ਇੰਗਲੈਂਡ ਦੇ ਵਿੱਚ ਹੈ ਨਿਊਜ਼ੀਲੈਂਡ ਦੇ ਵਿੱਚ ਹੈ ਇੰਗਲੈਂਡ ਦੇ ਵਿੱਚ ਤੇ ਕੈਨੇਡਾ ਦੇ ਵਿੱਚ ਤਾਂ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਲੋਕੀ ਜੁੜੇ ਹੋਏ ਨੇ ਸੋ ਉਹਨਾਂ ਦੇ ਸਹਿਯੋਗ ਦੇ ਨਾਲ ਕੀਤਾ ਜਾ ਰਿਹਾ ਹੈ ਜੇ ਸਕਰੀਨਿੰਗ ਕੀਤੀ ਜਾ ਰਹੀ ਹੈ ਸੋ ਬਾਕੀ ਜਦੋਂ ਸੰਗਤ ਜੁੜੀ ਹੋਵੇ ਤਾਂ ਮੇਰੇ ਖਿਆਲ ਦੇ ਵਿੱਚ ਜਿਵੇਂ ਕਿਸਾਨ ਅੰਦੋਲਨ ਵੇਲੇ ਸੰਗਤ ਜੁੜੀ ਹੋਈ ਸੀ ਕੋਈ ਵੀ ਚੀਜ਼ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਸੋ ਸਾਰੇ ਲੋਕੀ ਆ ਰਹੇ ਨੇ ਔਰ ਆਪਣਾ ਤਾਂ ਮਕਸਦ ਇਹ ਹੈ ਵੀ ਹੋ ਡਾਕੂਮੈਂਟਰੀਜ਼ ਆਨ ਸਕੀਦਰ ਤੁਹਾਨੂੰ ਕੀ ਲੱਗਦਾ ਹੈ ਕਿ ਐਜ਼ ਤੁਸੀਂ ਇਸ ਫੀਲਡ ਦੇ ਵਿੱਚ ਕਿੰਨੇ ਸਾਲਾਂ ਤੋਂ ਹੈਗੇ ਆ ਮੈਨੂੰ ਲੱਗਦਾ ਤੁਸੀਂ ਕੈਰੀਅਰ ਦੀ ਸ਼ੁਰੂਆਤ ਹੀ ਇਸੇ ਫੀਲਡ ਦੇ ਵਿੱਚ ਕੀਤੀ ਸੀ ਜਦੋਂ ਅਸੀਂ ਕੋਈ ਮੂਵੀ ਰਿਲੀਜ਼ ਹੁੰਦੀ ਹੈ ਜਾਂ ਸਾਨੂੰ ਲੱਗਦਾ ਕਿ ਇਹ ਮੂਵੀ ਅਸੀਂ ਭੱਜ ਕੇ ਦੇਖਣ ਜਾਂਦੇ ਆ ਜਦੋਂ ਕੋਈ ਡਾਕੂਮੈਂਟਰੀ ਆ ਜਾਂਦੀ ਹੈ ਜਾਂ ਇਦਾਂ ਦੀ ਚੀਜ਼ ਆ ਜਾਂਦੀ ਹੈ ਕਈ ਲੋਕ ਹੈਗੇ ਨੇ ਬਹੁਤ ਸਾਰੇ ਹੈਗੇ ਨੇ ਜਿਹੜੇ ਗੁੱਡ ਲਿਸਨਰ ਕਹਿ ਸਕਦੇ ਆ ਗੁੱਡ ਸਿਨੇਮਾ ਨੂੰ ਦੇਖਣ ਵਾਲੇ ਜਾਂ ਗੁੱਡ ਜਿਹੜੇ ਆ ਉਹ ਦੇਖਣ ਵਾਲੇ ਕਿ ਹਿਸਟਰੀ ਸਾਡੀ ਕੀ ਕਹਿੰਦੀ ਆ ਬਹੁਤ ਸਾਰੇ ਲੋਕ ਹੈਗੇ ਨੇ ਪਰ 19% ਨਿਕਲ ਕੇ ਬਾਹਰ ਨਹੀਂ ਆਉਂਦੀ 5% ਲੋਕੀ ਨੇ ਸਿਰ ਹਾਂ ਦੇ 100% ਲੋਕੀ ਤੁਹਾਡੇ ਫਿਲਮ ਦੇਖ ਰਹੇ ਨੇ ਤਾਂ 5% ਲੋਕੀ ਡਾਕੂਮੈਂਟਰੀ ਦੇਖ ਰਹੇ। ਹੂੰ ਦੇਖੋ ਜੀ ਇੱਕ ਦੇਖੋ ਇੱਕ ਪੈਰਾਮਿੰਡਾ ਪਹਿਲਾ ਲੋਕੀ ਆਪਣੀ ਸੰਸਾਰਿਕ ਚੀਜ਼ਾਂ ਫਿਰ ਪੈਸੇ ਫਿਰ ਸਖਸ਼ੀਅਤ ਫਿਰ ਸੰਤੁਸ਼ਟੀ ਫਿਰ ਕਿਤੇ ਕਲਾ ਵੱਲ ਜਾਏਗਾ ਕਲਾ ਦੀਆਂ ਬਨਗੀਆਂ ਹੋਣਗੀਆਂ ਪਹਿਲਾ ਸ਼ੋਰਤ ਵਾਲੀ ਕਲਾ ਹੋਊਗੀ ਫਿਰ ਸੰਜਮ ਵਾਲੀ ਕਲਾ ਫਿਰ ਸੰਤੁਸ਼ਟੀ ਵਾਲੀ ਕਲਾ ਹੋਊਗੀ ਫਿਰ ਅਧਿਆਤਮਿਕ ਕਲਾ ਹੋਊਗੀ ਫਿਰ ਸਪਿਚੁਅਲ ਦੇ ਲੈਵਲ ਨੇ ਜੀ ਹਾਂ ਹਾਂ ਸੋ ਮੈਨੂੰ ਇਹ ਲੱਗਦਾ ਵੀ ਸਬਰ ਜਿਹੜਾ ਹੈਗਾ ਅੱਜ ਦੇ ਟਾਈਮ ਦੇ ਵਿੱਚ ਬਹੁਤ ਉਹ ਹੁਣ ਰਹਿਿਆ ਹੀ ਨਹੀਂ ਉਤਾ ਤੁਸੀਂ ਇੱਕ ਮਿੰਟ ਲਈ ਦੇਖੋ ਨਮੀਆਂ ਨਵੀਆਂ ਐਪਸ ਆ ਗਈਆਂ ਟਿਕਟੌਕ ਵਰਗੇ ਨਿੱਕੇ ਐਪਾਂ ਦੇ ਵਿੱਚ ਇੱਕ ਮਿੰਟ ਦੇ ਵਿੱਚ ਤੁਸੀਂ ਕਹਿਤਾ-ਕਹਿਤਾ YouTube ਵੀ ਪਿੱਛੇ ਆ ਗਿਆ ਬਿਲਕੁਲ ਕਿਉਂਕਿ ਅੱਜਕੱਲ ਅਸੀਂ ਸੱਤ ਵਿੱਚ ਤੁਸੀਂ ਕਹ ਪੇਸ਼ੈਂਟਸ ਅਸੀਂ ਜੇ 2-3 ਮਿੰਟ ਦੀ ਵੀਡੀਓ ਹੁੰਦੀ ਹੈ ਅਸੀਂ ਉਹਨੂੰ ਦੇਖਦੇ ਨਹੀਂ ਨਗਾ ਦੇ ਦਿੰਦੇ ਫਟਾਫਟ ਜਿਹੜੀ ਕੋਈ ਸਾਨੂੰ ਲੱਗਦੀ ਹੈ ਕਿ ਬਹੁਤ ਇੰਟਰਸਟਡ ਬਹੁਤ ਪਹਿਲੀਆਂ ਚ ਪੈ ਗਿਆ ਤਾਂ ਅਸੀਂ 4-5 ਮਿੰਟ 10 ਮਿੰਟ ਜਾਂ ਅੱਧੇ ਘੰਟੇ ਦੀ ਵੀ ਦੇਖਾਂਗੇ ਆਦਰਵਾਇਜ਼ ਨਹੀਂ ਅਸੀਂ ਤਾਂ 1 ਮਿੰਟ ਸਾਨੂੰ ਸਭ ਤੋਂ ਜ਼ਿਆਦਾ ਲੱਗਦਾ ਹੈ ਡਾਕੂਮੈਂਟਰੀ 'ਚ ਮਿਹਨਤ ਬਹੁਤ ਲੱਗੀ ਹੈ ਜਿਵੇਂ ਤੁਸੀਂ ਦੱਸਿਆ ਕਿ ਬਹੁਤ ਜ਼ਿਆਦਾ ਮਿਹਨਤ ਬਹੁਤ ਜ਼ਿਆਦਾ ਰਿਸਰਚ ਬਹੁਤ ਜ਼ਿਆਦਾ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਹੈਗੀਆਂ ਨੇ ਬਹੁਤ ਲੋਕਾਂ ਨੇ ਇਹਦੇ 'ਚ ਰੋਲ ਪਲੇ ਕੀਤਾ ਹੈ ਇੱਕ ਵਾਰੀ ਜ਼ਰੂਰ ਜਾਇਆ ਜਾਵੇ ਦੇਖਿਆ ਜਾਵੇ ਤੇ ਫਿਰ ਜੇ ਮਨ ਲਾਓ ਕਿ ਕੱਲ ਨੂੰ ਜਾਂ ਪਰਸੋਂ ਕਿਸੇ ਕੋਲ ਟਾਈਮ ਨਹੀਂ ਹੈਗਾ ਉੱਪਰ ਦੇਖਣਾ ਜਾਉਂਦੇ ਨੇ ਉਹ ਫਿਰ ਕਦੋਂ ਕਿੱਥੇ ਦੇਖ ਸਕਦੇ ਨਹੀਂ ਦੇਖੋ ਆ ਇਨ ਫਿਊਚਰ ਜਿਹੜੇ ਉਹਨੇ ਅਸੀਂ ਪਲਾਨ ਕਰ ਰਹੇ ਹਾਂ ਠੀਕ ਹੈ ਤੇ ਬਾਕੀ ਹੈ ਵੀ ਇਨ ਫਿਊਚਰ ਅਸੀਂ ਡੀਵੀਡੀ ਦਾ ਵੀ ਪਲਾਨ ਕਰ ਰਹੇ ਹਾਂ Amazon Prime ਤੋਂ ਲੈ ਕੇ ਹੋਰ ਜਿਹੜੇ ਨੇ ਉਹਨਾਂ ਤੇ ਵੀ ਆ ਜਾਣੀ ਹੈਗੀ ਆ ਇਸ ਤਰ੍ਹਾਂ ਦੀ ਹੋਰ ਬਹੁਤ ਸਾਰੀਆਂ ਡਾਕੂਮੈਂਟਰੀਜ਼ ਪਲਾਨ ਕਰ ਰਹੇ ਹਾਂ ਸਿੱਖਰੀ ਪਲਾਨ ਕਰ ਰਹੇਗੇ ਆ ਇਸ ਤਰ੍ਹਾਂ ਗੁਰੂ ਘਰ ਬਹੁਤ ਪਲਾਨ ਕਰ ਰਹੇ ਕਿਉਂਕਿ ਹੁਣ ਸਮਾਂ ਹੈਗਾ ਜਿਹੜੀਆਂ ਪੁਰਾਣੀਆਂ ਚੀਜ਼ਾਂ ਨੇ ਪੁਰਾਣੇ ਲੋਕਾਂ ਦੇ ਮੇਲੇ ਨੇ ਜਾਂ ਹੋਰ ਨੇ ਇਵਨ ਕਿ ਸਿੰਘਾਂ ਦੇ ਬਾਰੇ ਆ ਬੱਚਿਆਂ ਨੂੰ ਪਤਾ ਹੀ ਨਹੀਂ ਸੀ ਹੁਣ ਅਚਾਰ ਆਪਾਂ ਦੇਖੋ ਅੱਜ ਦੇ ਟਾਈਮ ਦੇ ਵਿੱਚ ਡਿਜੀਟਲ ਟਾਈਮ ਤੇ ਜਿੰਨਾ ਵੀ ਸੋਸ਼ਲ ਮੀਡੀਆ ਦੇ ਰੀਲਸ ਨੇ YouTube ਆ ਉਹ ਸਾਰਾ ਮਾਡਰਨ ਚੀਜ਼ਾਂ ਨੇ ਹਿਸਟਰੀ ਚੀਜ਼ ਹੈ ਨਹੀਂ ਸੋ ਮੇਰੇ ਖਿਆਲ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾਗਾ ਪਲੇਟਫਾਰਮ ਹੈਗਾ ਜਿਵੇਂ ਮੈਨੂੰ ਤਾਂ ਜੀ ਮੇਰੇ ਤਾਂ ਰੂਹ ਦਾ ਸਕੂਨ ਆ ਪੈਸੇ ਦਾ ਬਿਜ਼ਨਸ ਤੋਂ ਅਸੀਂ ਮੈਂ ਫਰਮਾਣਾ ਡਿਸਟ੍ਰਿਬਿਊਟਰ ਆ ਵੈਡਿੰਗ ਲਈ ਦੋ ਸਟੂਡੀਓ ਨੇ ਸੋ ਘਰ ਦੇ ਕਹਿੰਦੇ ਵੀ ਯਾਰ ਤੁਸੀਂ ਕਿੱਥੇ ਜਾਂਦੇ ਹੋ ਮਾ ਰੂਦਾ ਸਕੂਲ ਲੱਭਣ ਚਲੇ ਬਿਲਕੁਲ ਪਰ ਰੂਦਾ ਸਕੂਨ ਜੇ ਲੱਭਣ ਦੇ ਲਈ ਅਸੀਂ ਨਾ ਜਾਵਾਂਗੇ ਤਾਂ ਫਿਰ ਇਦਾਂ ਦੀਆਂ ਡਾਕੂਮੈਂਟਰੀਜ਼ ਵੀ ਨਹੀਂ ਆਉਣਗੀਆਂ ਸਾਡੇ ਤੱਕ ਸੋ ਤੁਸੀਂ ਲੋਕ ਮਿਹਨਤ ਕਰਦੇ ਆ ਤਾਂ ਅਜਈਆਂ ਡਾਕੂਮੈਂਟਰੀਜ਼ ਬਾਇਓਗ੍ਰਾਫੀ ਸਾਡੇ ਤੱਕ ਆਉਂਦੀਆਂ ਨੇ ਸਾਨੂੰ ਵੀ ਹਿਸਟਰੀ ਜਾਣਨ ਦਾ ਮੌਕਾ ਮਿਲਦਾ ਆ ਸੋ ਸਾਨੂੰ ਵੀ ਨਹੀਂ ਪਤਾ ਹੁੰਦਾ ਕਿ ਇਦਾਂ ਦੀਆਂ ਮਹਾਨ ਸ਼ਖਸੀਅਤਾਂ ਹੋਈਆਂ ਨੇ ਸਾਡੇ ਸਾਡੇ ਜਿਹੜੀ ਹੈ ਸੋਸਾਇਟੀ ਦੇ ਵਿੱਚ ਹੋਈਆਂ ਨੇ ਤੇ ਸਾਨੂੰ ਪਤਾ ਹੀ ਨਹੀਂ ਉਹਨਾਂ ਬਾਰੇ ਦੱਸਣ ਦੀ ਲੋੜ ਆ ਉਹਨਾਂ ਬਾਰੇ ਜਾਣਨ ਦੀ ਲੋੜ ਆ ਉਹਨਾਂ ਦੇ ਬਾਰੇ ਹੋਰ ਜਿਹੜਾ ਲੋਕਾਂ ਤੱਕ ਫਲਾਉਣ ਦੀ ਲੋੜ ਹੈਗੀ ਹੈ ਜਾਣਕਾਰੀ ਫਲਾਉਣ ਦੀ ਲੋੜ ਹੈਗੀ ਹੈ ਜੀ ਤੁਸੀਂ ਉਹ ਕੰਮ ਕਰ ਰਹੇ ਹੈਗੇ ਸੋ ਇੱਕ ਵਾਰੀ ਫਿਰ ਤੋਂ ਸਾਨੂੰ ਸਾਡੀ ਜਿੰਨੇ ਵੀ ਵਿਊਅਰਸ ਹੈਗੇ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿੱਥੇ ਪਹੁੰਚ ਸਕਦੇ ਆ ਤੇ ਕਿਵੇਂ ਪਹੁੰਚ ਸਕਦੇ ਆ ਜੀ ਨਹੀਂ ਦੇਖੋ ਜੀ ਮੇਰਾ ਐਡਾ ਵੱਡਾ ਲੈਵਲ ਨਹੀਂ ਹੈਗਾ ਵੀ ਮੈਂ ਦਰਸ਼ਕਾਂ ਨੂੰ ਕਹਾ ਵੀ ਕੋਈ ਮੈਸੇਜ ਦਵਾਂ ਪਰ ਮੈਂ ਤਾਂ ਇਹੀ ਬੇਨਤੀ ਕਰਾਂਗਾ ਕਿ ਇਹ ਡਾਕੂਮੈਂਟਰੀ ਹੈਗੀ ਆ ਭਾਈ ਸਾਹਿਬ ਭਾਈ ਰਣਜੀਤ ਸਿੰਘ ਉਹਨਾਂ ਤੇ ਤੇ ਇਹਦਾ 27 ਅਗਸਤ ਨੂੰ ਨਿਊਟਨ ਸਕੂਲ ਜਿਹੜਾ ਖਾਲਸਾ ਸਕੂਲ ਹੈਗਾ ਉੱਥੇ ਸਕਰੀਨਿੰਗ ਹੈਗੀ ਆ 45 ਮਿੰਟ ਦੀ ਡਾਕੂਮੈਂਟਰੀ ਹੈ ਤੇ ਦੂਜੀ ਸਕਰੀਨਿੰਗ ਇਹ 7:30 ਵਜੇ ਆ 8:30 ਵਜੇ ਜਿਹੜਾ ਹੈਗਾ ਦਸ਼ਮੀਸ਼ ਤਿਵਾਰ ਦੇ ਨਾਲ ਗੁਰਮਤ ਅਕੈਡਮੀ ਆ ਉੱਥੇ ਹੈਗੀ ਆ ਇਹਨਾਂ ਦੀ ਜਿਹੜੀ ਹੈਗੀ ਆ ਐਂਟਰੀ ਬਿਲਕੁਲ ਫ੍ਰੀ ਹੈਗੀ ਆ ਤੇ ਨਾਲ ਦੇਖਣ ਵਾਲੇ ਸਰੋਤਿਆਂ ਨੂੰ ਅਪੀਲ ਕਰਾਂਗਾ ਕਿ ਜਰੂਰ ਬੱਚੇ ਨਾਲ ਜਰੂਰ ਆਓ ਜੀ ਬਿਲਕੁਲ ਜੀ ਥੈਂਕ ਯੂ ਸੋ ਮਾਚ ਤੁਸੀਂ ਇੰਨਾ ਵਧੀਆ ਕੰਮ ਕਰ ਰਹੇ ਹੈਗੇ ਆ ਉਮੀਦ ਕਰਦੇ ਆ ਕਿ ਡਾਕੂਮੈਂਟਰੀ ਪਸੰਦ ਆਉਗੀ ਤੇ ਲੋਕ ਕਿਉਂਕਿ ਵਰਡ ਆਫ ਮਾਉਥ ਹੈ ਕਿਉਂਕਿ ਕਈ ਵਾਰ ਇਹ ਵੀ ਹੋ ਜਾਂਦਾ ਹੈ ਕਿ ਅਸੀਂ ਪਹਿਲਾਂ ਵੇ ਪਹਿਲਾਂ ਪਹਿਲਾਂ ਕਈ ਵਾਰੀ ਦੇਖਿਆ ਹੁੰਦਾ ਹੈ ਕਿ ਮੂਵੀ ਚੱਲੀ ਨਹੀਂ ਪਰ ਬਾਅਦ 'ਚ ਦੇਖਿਆ ਕਿ ਹਰ ਕਿਸੇ ਨੇ ਦੇਖੀ ਹੁੰਦੀ ਹੈ ਕਿਉਂ ਦੇਖੀ ਹੁੰਦੀ ਹੈ ਕਿ ਉਹ ਸਿਨੇਮਾ 'ਚ ਚਲੋ ਨਹੀਂ ਦੇਖਿਆ ਇਹ ਪਰ ਬਾਅਦ 'ਚ ਪਤਾ ਲੱਗਿਆ ਵੀ ਸੋਹਣੀ ਮੂਵੀ ਆ ਜ਼ਰੂਰ ਦੇਖਿਓ ਸੋ ਇਹ ਚੀਜ਼ ਜਿਹੜੀ ਆ ਉਹ ਅਸੀਂ ਕਿਸੇ ਪੈਸੇ ਦੇ ਲਾਲਚ 'ਚ ਨਹੀਂ ਬਣਾਈ ਕਿਸੇ ਅਹੇੇ ਲਾਲਚ 'ਚ ਨਹੀਂ ਬਣਾਈ ਕਿ ਕਮਰਸ਼ੀਅਲਾਈਜ਼ ਕਰ गलबात बात जी रखने के लिए की बच्चों नौजवान लगे की एक कौन सी शख्सियत कौन सी की रोल सोसाय वाई देना वा कम कर रहे हो गए की गुड वर्क थैंक ਸੋ ਇੱਕ ਵਾਰ ਫਿਰ ਤੁਹਾਨੂੰ ਦੱਸ ਦਈਏ ਕਿ ਦਿ ਲਾਈਫ ਆਫ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਇਹ ਡਾਕੂਮੈਂਟਰੀ ਜਿਹੜੀ ਹੈ ਚੈਪਟਰ 1 ਐਕਸਕਲੂਸਿਵ ਸ਼ੋਇੰਗ ਜਿਹੜੀ ਹੋ ਰਹੀ ਹੈ ਸੈਟਰਡੇ ਨੂੰ ਹੋ ਰਹੀ ਹੈ ਇਹ ਨਿਊਟਨ ਖਾਲਸਾ ਸਕੂਲ ਦੇ ਵਿੱਚ ਹੈ ਤੇ ਦਸ਼ਮੇਸ਼ ਅਕੈਡਮੀ ਜਿਹੜੀ ਹੈ ਗੁਰਮਤ ਅਕੈਡਮੀ ਹੈਗੀ ਹੈ ਦਸ਼ਮੇਸ਼ ਦਰਬਾਰ ਗੁਰਦੁਆਰਾ ਸਾਹਿਬ ਦੇ ਨਾਲ ਸੋ 7:30 ਵਜੇ ਨਿਊਟਨ ਖਾਲਸਾ ਸਕੂਲ ਦੇ ਵਿੱਚ ਤੇ 8:30 ਦਸ਼ਮੇਸ਼ ਦਰਬਾਰ ਦੇ ਨਾਲ ਗੁਰਮਤ ਅਕੈਡਮੀ ਹੈ ਉੱਥੇ ਹੋ ਰਹੀ ਹੈ ਜ਼ਿਆਦਾ ਜਾਣਕਾਰੀ ਦੇ ਲਈ ਨਵਲਪ੍ਰੀਤ ਰੰਗੀ ਉਹਨਾਂ ਨੂੰ ਫੋਨ ਕੀਤਾ ਜਾ ਸਕਦਾ ਹੈ ਇਹਨਾਂ ਤੋਂ ਇਨਫੋ ਇਨਫੋਰਮੇਸ਼ਨ ਲਈ ਜਾ ਸਕਦੀ ਹੈ ਸੋ ਜਦੋਂ ਵੀ ਅਜਿਹਾ ਕੋਈ ਕੰਮ ਕਰਦਾ ਹੈ ਸਾਡੀ ਕਮਿਊਨਿਟੀ ਦੇ ਵਿੱਚ ਅਜਿਹੀ ਕੋਈ ਖੋਜ ਕਰਕੇ ਲੈ ਕੇ ਆਉਂਦਾ ਤੇ ਸਾਥ ਦੇਣਾ ਸਾਡਾ ਤੇ ਤੁਹਾਡਾ ਫਰਜ਼ ਬਣ ਜਾਂਦਾ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਵੱਧ ਤੋਂ ਵੱਧ ਪਹੁੰਚੋ ਨੌਜਵਾਨਾਂ ਨੂੰ ਲੈ ਕੇ ਜਾਓ ਬੱਚਿਆਂ ਨੂੰ ਲੈ ਕੇ ਜਾਓ ਤਾਂ ਕਿ ਅਜਿਹੀਆਂ ਸਖਸ਼ਿਆਤਾਂ ਦੇ ਬਾਰੇ ਸਾਨੂੰ ਪਤਾ ਲੱਗਦਾ ਰਹੇ ਇਨਫੋਰਮੇਸ਼ਨ ਤੇ ਅਪਡੇਟ ਅਸੀਂ ਤੁਹਾਡੇ ਤੱਕ ਇਸੇ ਤਰ੍ਹਾਂ ਪਹੁੰਚਾਉਂਦੇ ਰਵਾਂਗੇ ਦੇਖਦੇ ਰਹੋ ਸੰਜਾ ਟੀਵੀ ਤੇ ਮੈਨੂੰ ਅਰਸ਼ਦੀਪ ਨੂੰ ਦਿਓ ਜਾ ਸਕਦਾ ਸਤਿ ਸ਼੍ਰੀ ਅਕਾਲ